ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੇਖੋ ਜੀ, ਸਰਦੀਆਂ ਸ਼ੁਰੂ ਹੋ ਚੱਲੀਆਂ ਅਤੇ ਮੈਂ ਸੋਚਦਾ ਆਪਣੇ ਘਰ ਦੇ ਵਿੱਚ ਸੂਜੀ ਦੀਆਂ ਪਿੰਨੀਆਂ ਬਣਾਈਆਂ ਜਾਣ। ਉਸ ਬਾਤ ਹੈ ਜਿਹੜਾ ਜਿਹੜਾ ਸਮਾਨ ਲਿੱਤਾ ਉਹ ਮੈਂ ਤੁਹਾਨੂੰ ਸਾਰਾ ਦੱਸੂੰਗਾ ਅਤੇ ਬਣਾਉਂਦੇ ਹਾਂ ਫਿਰ ਅੱਜ ਆਪਾਂ ਸੂਜੀ ਦੀਆਂ ਪਿੰਨੀਆਂ। ਦੇਖੋ ਜੀ, ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਦੇਸੀ ਘੀ ਜਾਂ ਡਾਲਡਾ ਘੀ, ਜੋ ਤੁਹਾਡੇ ਕੋਲ ਹੈਗਾ। ਇਹਦੇ ਵਾਸਤੇ ਘੀ ਯੂਜ਼ ਹੁੰਦਾ, ਘੀ ਪਾਉਣਾ ਤੁਸੀਂ। ਮੈਂ ਅੱਧਾ ਕਿਲੋ ਦੇਸੀ ਘੀ ਪਾਤਾ, 500 ਗ੍ਰਾਮ। ਜੋ ਮੈਂ ਇਸ ਦੇ ਵਿੱਚ ਘੀ ਪਾਇਆ ਸੀ ਉਹ ਪੂਰਾ ਮੈਲਟ ਹੋ ਚੁੱਕਿਆ, ਅਤੇ ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਕਿਲੋ ਸੂਜੀ ਪਾਉਣ ਲੱਗਿਆ। ਠੀਕ ਹੈ ਜੀ, 500 ਗ੍ਰਾਮ ਘੀ ਅਤੇ ਕਿਲੋ ਸੂਜੀ। ਅਤੇ ਆਪਾਂ ਉਦੋਂ ਤੱਕ ਭੁੰਨਣੀ ਜਦੋਂ ਤੱਕ ਇਹਦੇ ਵਿੱਚ ਖੁਸ਼ਬੂ ਜਿਹੀ ਆਉਣੀ ਸ਼ੁਰੂ ਹੋ ਜੂਗੀ। ਇਹ ਹਲਕਾ ਜਿਹਾ ਕਲਰ ਇਸਦਾ ਬਰਾਊਨ ਹੋ ਜਾਂਦਾ, ਜ਼ਿਆਦਾ ਵੀ ਨਹੀਂ ਕਾਲੀ ਕਰ ਲੈਣੀ, ਅਤੇ ਹਲਕਾ ਜਿਹਾ ਕਲਰ ਬਰਾਊਨ ਅਤੇ ਇਸਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇ, ਅਤੇ ਉਨੀਆਂ ਟੇਸਟੀ ਬਣਦੀ ਹੈ ਫਿਰ ਇਹ। ਚਲੋ ਮੈਂ ਤੁਹਾਨੂੰ ਦਿਖਾਊਂਗਾ ਮੈਂ, ਅਤੇ ਹਲਕਾ ਜਿਹਾ ਬਰਾਊਨ ਦੀ ਖੁਸ਼ਬੂ ਜਾਣੀ ਸ਼ੁਰੂ ਹੋ ਜਾਵੇ। ਇਸ ਤਰ੍ਹਾਂ ਹਿਲਾਈ ਜਾਣਾ ਤੁਸੀਂ, ਪਲਟਾ ਇਸਦੇ ਵਿੱਚ ਮਾਰੀ ਜਾਣਾ ਫਿਰ। ਠੀਕ ਹੈ ਜੀ, ਉੱਪਰ ਥੱਲੇ ਇਸ ਨੂੰ ਕਰਦੇ ਰਹਿਣਾ। ਮੈਨੂੰ ਹੁਣ ਤਕਰੀਬਨ 15 ਤੋਂ 20 ਮਿੰਟ ਹੋ ਚੁੱਕੇ ਆ, ਇਸ ਨੂੰ ਮੈਂ ਲਗਾਤਾਰ ਹਿਲਾਉਂਦਾ ਰਿਹਾ ਸੀ, ਅਤੇ ਇਸਦੀ ਹਲਕੀ ਹਲਕੀ ਜੀ ਖੁਸ਼ਬੂ ਆਉਣੀ ਸ਼ੁਰੂ ਹੋ ਚੁੱਕੀ ਆ। ਤੁਸੀਂ 20 ਜਾਂ 15 ਕੁ ਮਿੰਟ ਭੁੰਨਣਾ ਇਸ ਨੂੰ। ਠੀਕ ਹੈ ਜੀ, ਅਤੇ ਹਿਲਾਉਂਦੇ ਰਹਿਣਾ ਇਸ ਲਗਾਤਾਰ ਇਸ ਤਰ੍ਹਾਂ। ਅਤੇ ਇਸਦਾ ਜੋ ਕਲਰ ਸੀ ਥੋੜ੍ਹਾ ਜਿਹਾ ਪਹਿਲਾਂ ਪੂਰੇ ਚਿੱਟਾ ਸੀ, ਥੋੜ੍ਹਾ ਜਿਹਾ ਹਲਕਾ ਜਿਹਾ ਬਰਾਊਨ ਹੋ ਗਿਆ ਇਸਦਾ, ਅਤੇ ਹੁਣ ਮੈਂ ਇਸਨੂੰ ਥੱਲੇ ਲਾ ਲੂੰਗਾ। ਮੈਂ ਸਾਰੀ ਸੂਜੀ ਇੱਧਰ ਕੱਢਤੀ ਹੈ, ਅਤੇ ਉਸ ਤੋਂ ਬਾਅਦ ਮੈਂ ਇਸਦੇ ਵਿੱਚ ਆ ਕਿਲੋ ਖੋਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਿਲੋ ਖੋਆ। ਅਤੇ ਸੂਜੀ ਤੁਸੀਂ ਵੱਧ ਵੀ ਪਾ ਸਕਦੇ, 1.5 ਕਿਲੋ ਸੂਜੀ ਵੀ ਪੈ ਜਾਂਦੀ ਇਸ ਦੇ ਵਿੱਚ, ਪਰ ਮੈਂ ਤੁਹਾਨੂੰ ਪੂਰੀ ਇੱਕ ਮਾਤਰਾ ਹੀ ਦੱਸਣਾ ਚਾਹੁੰਦਾ। ਇਹ ਕਿਲੋ ਸੂਜੀ, ਕਿਲੋ ਹੀ ਖੋਆ, ਅਤੇ ਕਿਲੋ ਇਸ ਦੇ ਵਿੱਚ ਪੂਰਾ ਪਾਊਂਗਾ, ਤੁਹਾਨੂੰ ਉਹ ਵੀ ਦੱਸਦਾ ਮੈਂ। ਇਹ ਮੈਂ ਖੋਆ ਪਹਿਲਾਂ ਬਣਾ ਲਿਆ ਸੀ, ਅਤੇ ਇਸ ਨੂੰ ਮੈਂ ਫਰਿੱਜ ਵਿੱਚ ਰੱਖਤਾ ਸੀ। ਜੇ ਤੁਸੀਂ ਉਸੀ ਟਾਈਮ ਖੋਆ ਕੱਢ ਕੇ ਫਿਰ ਤੁਹਾਨੂੰ ਦੁਬਾਰੇ ਗਰਮ ਕਰਨ ਦੀ ਲੋੜ ਨਹੀਂ ਹੈਗੀ। ਇਹ ਜੋ ਖੋਆ ਸੀ ਠੰਡਾ ਸੀ, ਉਹਨੂੰ ਮੈਂ ਦੁਬਾਰੇ ਗਰਮ ਕਰਕੇ ਫਿਰ ਇਸ ਦੇ ਵਿੱਚ ਸੂਜੀ ਪਾਊਂਗਾ। ਆ ਜੋ ਮੈਂ ਇਸ ਦੇ ਵਿੱਚ ਖੋਆ ਪਾਇਆ ਸੀ, ਐਂ ਦੇਖੋ ਪਤਲਾ ਜਿਹਾ ਬਣ ਹੋ ਗਿਆ ਇਹ, ਇਸ ਤਰ੍ਹਾਂ ਸਾਡਾ ਖੋਆ ਹੋਣਾ ਚਾਹੀਦਾ ਪਤਲਾ ਜਿਹਾ। ਠੀਕ ਹੈ, ਅਤੇ ਹੁਣ ਮੈਂ ਇਸ ਨੂੰ ਥੱਲੇ ਲਾ ਲੂੰਗਾ ਇੱਕ ਵਾਰ। ਅਤੇ ਇਸ ਦੇ ਵਿੱਚ ਆ ਸੂਜੀ ਪਾ ਦਾਂਗੇ, ਅਤੇ ਇਸ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਦੇਣਾ ਆਪਾਂ। ਇਸ ਗੱਲ ਦੀ ਗੌਰ ਕਰਨੀ ਹੈ ਵੀ ਜੋ ਆਪਣਾ ਖੋਆ ਅਤੇ ਸੂਜੀ ਐਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਆ ਦੇਖੋ ਜਿਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਚੰਗੀ ਤਰ੍ਹਾਂ ਮਿਕਸ ਹੋ ਜੂਗਾ। ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਬੂਰਾ ਪਾਉਣਾ। ਬੂਰਾ ਤੁਹਾਨੂੰ ਮੈਂ ਦੱਸਦਾ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੂਰਾ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਨਿਸ਼ਾਨ ਆ ਜੂਗਾ, ਉਸ ਨੂੰ ਫੋਲੋ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਬੂਰਾ ਬਣਾ ਸਕਦੇ ਹਾਂ। ਠੀਕ ਹੈ, ਜਦ ਇਹ ਦੁਕਾਨ ਤੋਂ ਵੀ ਮਿਲ ਜਾਂਦਾ। ਠੀਕ ਹੈ ਜੀ, ਇਹ ਚੀਜ਼ ਆਪਣੇ ਇਸ ਤੋਂ ਬਾਅਦ ਪਾਉਣਾ। ਅਤੇ ਮੈਂ ਇਸ ਦੇ ਵਿੱਚ ਕਿਲੋ ਹੀ ਬੂਰਾ, ਇਸ ਦੇ ਵਿੱਚ 1 ਕਿਲੋ ਪਾਇਆ ਮੈਂ, ਇਸ ਦੇ ਵਿੱਚ 1 ਕਿਲੋ ਹੀ ਸੂਜੀ ਅਤੇ 1 ਕਿਲੋ ਹੀ ਬੂਰਾ ਪਾਇਆ। ਇਹ ਹਲਕਾ ਜਿਹਾ ਠੰਡਾ ਹੋ ਚੁੱਕਿਆ ਅਤੇ ਇਸ ਦੇ ਵਿੱਚ ਹੱਥ ਪੈਣ ਯੋਗਾ ਹੋ ਗਿਆ, ਦੇ ਆਪਾਂ ਕੋਸਾ ਜਿਹਾ ਕਹਿ ਸਕਦੇ ਹਾਂ। ਠੀਕ ਹੈ, ਹੁਣ ਦੇਖੋ ਇਸਦੀ ਪਿੰਨੀ ਨਹੀਂ ਪੱਟ ਹੋ ਰਹੀ ਹੈਗੀ, ਦੇਖੋ ਜਦੋਂ ਮੈਂ ਪਿੰਨੀ ਪੱਟਦਾ ਤਾਂ ਭੁਰੀ ਜਾ ਰਹੀ ਹੈ। ਠੀਕ ਹੈ, ਅਤੇ ਹੁਣ ਆਪਾਂ ਨੇ ਕੀ ਕਰਨਾ ਇਸ ਦੇ ਵਿੱਚ ਤੁਹਾਨੂੰ ਮੈਂ ਦੱਸਦਾ। ਮੈਂ ਦੁੱਧ ਲਿੱਤਾ ਅਤੇ ਦੁੱਧ ਦਾ ਆਪਾਂ ਇਸ ਦੇ ਵਿੱਚ ਚਿੱਟਾ ਲਾ ਦੇਣਾ। ਠੀਕ ਹੈ ਜੀ, ਦੇਖੋ ਹੁਣ ਐਨ ਪੂਰਾ ਹੋ ਚੁੱਕਿਆ ਅਤੇ ਹੁਣ ਇਸਦੀ ਪਿੰਨੀ ਬੈਠ ਹੋਣ ਲੱਗ ਗਈ ਹੈ। ਜੋ ਤੁਸੀਂ ਸਾਈਜ਼ ਰੱਖਣਾ ਚਾਹੁੰਦੇ ਪਿੰਨੀ ਦਾ ਰੱਖ ਲਿਓ। ਆ ਦੇਖੋ, ਬਸ ਤੁਸੀਂ ਇਸ ਤਰ੍ਹਾਂ ਗੋਲ ਗੋਲ ਪਿੰਨੀਆਂ ਵੱਟੀ ਜਾਣੀਆਂ, ਕੋਈ ਬੜਾ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ, ਬਸ ਲੱਗੇ ਰਹੋ ਬਸ। ਤੁਸੀਂ ਦੇਖਿਆ ਜੀ ਕਿਸ ਤਰ੍ਹਾਂ ਬਣਾਈ ਅੱਜ ਮੈਂ ਸੂਜੀ ਦੀਆਂ ਪਿੰਨੀਆਂ। ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪਿੰਨੀਆਂ ਬਣਾਉਣ ਦੀ ਜ਼ਰੂਰ ਟਰਾਈ ਕਰਦੇ। ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸੋ, ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ।